ਲੁਧਿਆਣਾ ਅੰਦਰ ਲੁੱਟ ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਸ ਤੇ ਕਾਬੂ ਪਾਉਣ 'ਚ ਪੁਲਿਸ ਲਗਾਤਾਰ ਨਾਕਾਮ ਸਾਬਿਤ ਹੋ ਰਹੀ ਹੈ। ਤਾਜ਼ਾ ਮਾਮਲਾ ਲੁਧਿਆਣਾ ਦੇ ਸ਼ਿਵਾ ਜੀ ਨਗਰ ਦੀ ਗਲੀ ਨੰਬਰ 8 ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਸ਼ਖਸ ਆਉਂਦਾ ਤੇ ਘਰ ਦੇ ਵਿਹੜੇ ਵਿੱਚ ਬੈਠੀ ਬਜ਼ੁਰਗ ਦੇ ਪੈਰੀ ਹੱਥ ਲਾਉਣ ਦੇ ਬਹਾਨੇ ਆ ਕੇ ਉਸਦੇ ਕੰਨਾਂ ਦੀਆਂ ਵਾਲੀਆਂ ਹੀ ਖੋਹ ਕੇ ਫਰਾਰ ਹੋ ਜਾਂਦਾ ਹੈ। ਗਲੀ ਵਿੱਚ ਭੱਜਦੇ ਦੀ ਵੀਡੀਓ ਜ਼ਰੂਰ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪੀੜਤ ਬਜ਼ੁਰਗ ਦੀ ਉਮਰ 70 ਸਾਲ ਤੋਂ ਵਧੇਰੇ ਦੱਸੀ ਜਾ ਰਹੀ ਹੈ, ਜਿਸ ਨੂੰ ਸ਼ਖਸ ਨੇ ਆਪਣਾ ਸ਼ਿਕਾਰ ਬਣਾਇਆ। ਮੌਕੇ ਤੇ ਪੁਲਿਸ ਨੇ ਪਹੁੰਚ ਕੇ ਸੀਸੀਟੀਵੀ ਕੈਮਰੇ ਨੂੰ ਕਬਜ਼ੇ 'ਚ ਲੈ ਲਿਆ ਤੇ ਜਵਾਬ ਦਿੱਤਾ ਕਿ ਜਲਦ ਮੁਲਜ਼ਮ ਨੂੰ ਫੜ ਲਿਆ ਜਾਵੇਗਾ। ਪੀੜਤ ਬਜ਼ੁਰਗ ਨੇ ਦੱਸਿਆ ਕਿ ਉਸਨੇ ਸੋਨੇ ਦੀਆਂ ਵਾਲੀਆਂ ਪਾਈਆਂ ਸੀ, ਅਚਾਨਕ ਗਲੀ 'ਚ ਭੱਜਦਾ ਹੋਇਆ ਲੜਕਾ ਆਇਆ ਤੇ ਵਾਲੀਆਂ ਲਾ ਕੇ ਭੱਜ ਗਿਆ। ਉਹਨਾਂ ਕਿਹਾ ਕਿ ਮੈਨੂੰ ਤਾਂ ਪਤਾ ਨਹੀਂ ਚੱਲਿਆ। ਉੱਥੇ ਹੀ ਮੌਕੇ ਤੇ ਪੁੱਜੇ ਥਾਣਾ ਡਿਵੀਜ਼ਨ ਨੰਬਰ 3 ਦੇ ਇੰਚਾਰਜ ਨੇ ਦੱਸਿਆ ਕਿ ਸਨੈਚਿੰਗ ਦਾ ਮਾਮਲਾ ਸਾਹਮਣੇ ਆਇਆ ਹੈ, ਅਸੀਂ ਕੈਮਰੇ ਦੀ ਫੁਟੇਜ ਲਈ ਹੈ ਤੇ ਹੁਣ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਨੂੰ ਜਦੋਂ ਪੁੱਛਿਆ ਗਿਆ ਤਾਂ ਕੁਝ ਦਿਨ ਪਹਿਲਾਂ ਵੀ ਇਸ ਇਲਾਕੇ ਦੇ ਵਿੱਚ ਖੋਹ ਦੀ ਵਾਰਦਾਤ ਹੋਈ ਹੈ, ਤਾਂ ਉਹਨਾਂ ਕਿਹਾ ਕਿ ਸ਼ਾਇਦ ਉਹ ਹੱਲ ਹੋ ਗਈ ਹੈ। ਉਹਨਾਂ ਨੇ ਕਿਹਾ ਕਿ ਮੈਨੂੰ ਆਏ ਨੂੰ ਹਲੇ 15 ਦਿਨ ਹੀ ਹੋਏ ਨੇ ਇਸ ਥਾਣੇ 'ਚ। ਉਹਨਾਂ ਕਿਹਾ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਤੇ ਕੈਮਰੇ ਵਿੱਚ ਵੇਖਣ ਮੁਤਾਬਕ ਤਾਂ ਉਹ ਪੈਦਲ ਹੀ ਆਇਆ ਸੀ ਅਤੇ ਇਕੱਲਾ ਹੀ ਆਇਆ ਸੀ ਲੜਕਾ। ਹੋਰ ਉਹਨਾਂ ਨੇ ਕੀ ਕਿਹਾ ਆ ਵਿਖਾਉਣੇ ਆ ਪੂਰੀ ਖਬਰ। ਇੱਥੇ ਬੈਠੀ ਆ ਵੀਰਾ, ਮੈਂ ਇੱਧਰ ਮੂੰਹਾਂ ਮੰਜੀ ਦੇ ਉੱਤੇ ਮੇਰੇ ਪੈਰ ਰੱਖੇ ਹੋਏ ਆ, ਮੈਂ ਆਪਣੇ ਧਿਆਨ ਤੋਂ ਪੈ ਬੈਠੀ ਆ। ਪਿੱਛੋਂ ਦੀ ਪਤਾ ਤੋੜ ਕੇ ਖਿੱਚ ਕੇ ਭੱਜਿਆ ਵਾ, ਮੈਂ ਕਿਹਾ ਆ ਕੀ ਹੋਇਆ, ਪਿੱਛੇ ਮੈਂ ਕਿਹਾ ਐਨ ਮੁੜ ਗਿਆ। ਵਾਲੀਆਂ ਹੋਰ ਪਿੱਤਲ ਦੀਆਂ ਪਾ ਕੇ ਬਹਿਣਾ ਸੀ, ਪਿੱਤਲ ਦੀਆਂ ਤਾਂ ਮੈਂ ਰੋਂਦੀ ਵੀ ਨਾ। ਘੰਟਾ ਹੋ ਗਿਆ ਭੱਜਿਆ, ਤਾਂ ਇਕੱਲਾ ਜਾਂਦਾ ਦੇਖਿਆ ਮੈਂ। ਦੋ ਅੱਜ ਕਰੀਬ 1 ਵਜੇ ਇੱਥੇ ਕੋਈ ਚਾਂਦ ਰਾਣੀ ਨਾਮ ਦੀ ਲੇਡੀ ਹੈ, ਕਰੀਬ 80-85 ਸਾਲ ਦੀ, ਘਰ ਦੇ ਬਾਹਰ ਧੁੱਪ ਸੇਕ ਰਹੀ ਸੀ ਤੇ ਇੱਕ ਪੈਦਲ ਵਿਅਕਤੀ ਆਇਆ, ਉਹਦਾ ਵਾਲੀ ਸਨੈਚ ਕਰਕੇ ਲਿਆ, ਕੰਨ 'ਚ ਪਾਈ ਹੋਈ ਸੀ। ਹਾਂ ਉਹ ਚੈੱਕ ਕਰਦੇ ਪਏ ਹਾਂ, ਬਾਕੀ ਜੋ ਬਿਆਨ ਲਿਖਾਣਗੇ ਉਹ ਤਾਂ ਕਾਰਵਾਈ ਕਰਦੇ ਹਾਂ। ਪੈਦਲ ਹੀ ਆ, ਜੋ ਹੁਣ ਤੱਕ ਦੀ ਸੀਸੀਟੀਵੀ ਫੁਟੇਜ ਪਤਾ ਲੱਗਿਆ ਪੈਦਲ ਹੀ ਸੀ, ਹੁਣ ਤੱਕ ਤਾਂ ਇਹੀ ਲੱਗ ਰਿਹਾ। ਬਾਕੀ ਟਾਈਪ ਕਿਹੜੀ ਵਾਰਦਾਤ ਉਹ ਟਰੇਸ ਆਊਟ ਹੋ ਗਈ ਹੋਣੀ, ਮੈਂ ਚੈੱਕ ਕਰ ਲੈਣਾ, ਕਿਉਂਕਿ ਮੈਨੂੰ ਆਏ ਨੂੰ 15 ਦਿਨ ਹੋਏ। ਹਾਂ ਕੀਤੀ। ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ। ਫ੍ਰੀ ਲੀਫ ਆਯੁਰਵੈਦਿਕ ਆਇਲ, 125 ਬਿਮਾਰੀਆਂ ਦਾ ਸੰਪੂਰਨ ਇਲਾਜ, ਜਿਵੇਂ ਗਠੀਆ, ਸਰਵਾਈਕਲ, ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ, ਇੱਥੋਂ ਤੱਕ ਕਿ ਬਲੌਕੇਜ ਦੇ ਨਾਲ ਬਣੀਆਂ ਕਈ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ ਫ੍ਰੀ ਰਿਲੀਫ ਆਯੁਰਵੈਦਿਕ ਆਇਲ, ਯਾਨੀ ਕਿ 125 ਬਿਮਾਰੀਆਂ ਦਾ ਸੰਪੂਰਨ ਇਲਾਜ। ਫ੍ਰੀ ਰਿਲੀਫ ਵਿਜ਼ੀਲੈਕਸ ਵੇਟ ਲੂਸ, ਮੋਟਾਪੇ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ, ਵਜ਼ਨ ਘਟਾਓ ਤੇ ਖੁਸ਼ ਹੋ ਜਾਓ। ਫ੍ਰੀ ਲੀਫ ਪਾਵਰ ਮਰਦਾਨਾ ਕਮਜ਼ੋਰੀ ਨੂੰ ਖਤਮ ਕਰਦਾ ਹੈ ਤੇ ਨਰਕ ਭਰੀ ਜ਼ਿੰਦਗੀ ਵਿੱਚ ਲਿਆਉਂਦਾ ਹੈ ਰੌਣਕ। ਫ੍ਰੀ ਲੀਫ ਪਾਵਰ, ਕਬਜ਼ ਤੋਂ ਪਰੇਸ਼ਾਨ ਹੋਣ ਦੀ ਹੁਣ ਜ਼ਰੂਰਤ ਨਹੀਂ ਹੈ, ਕਬਜ਼ ਤੋਂ ਛੁਟਕਾਰਾ ਪਾਉਣ ਲਈ ਆ ਗਿਆ ਕਬਜ਼ ਹਰ ਚੂਰਨ। ਕਬਜ਼ ਹਰ ਚੂਰਨ ਨੂੰ ਅਪਣਾਓ ਤੇ ਕਬਜ਼ ਤੋਂ ਛੁਟਕਾਰਾ ਪਾਓ। ਹੁਣ ਤੱਕ ਲੱਖਾਂ ਮਰੀਜ਼ ਲੈ ਚੁੱਕੇ ਨੇ ਫਾਇਦਾ। ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ 9478484087 ਨੰਬਰ, ਇੱਕ ਵਾਰ ਫਿਰ ਤੁਸੀਂ ਨੋਟ ਕਰ ਸਕਦੇ ਹੋ 9478484087।